ਸਤਿ ਸ਼੍ਰੀ ਅਕਾਲ ਜੀ ਇਮੀਗ੍ਰੇਸ਼ਨ ਅਪਡੇਟਸ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਜੱਸੀ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਕਰੀਅਰ ਓਵਰਸੀਜ਼ ਸੈਕਟਰ 17 ਚੰਡੀਗੜ੍ਹ ਦੇ MD ਮਿਸਟਰ ਨੀਰਜ ਵਡੇਰਾ ਜੀ ਜੋ ਕਿ ਅੱਜ ਗੱਲਬਾਤ ਕਰਨਗੇ ਚੈੱਕ ਰਿਪਬਲਿਕ ਬਾਰੇ ਚੈੱਕ ਰਿਪਬਲਿਕ ਕਿੱਦਾਂ ਦੀ ਕੰਟਰੀ ਹੈ ਕਿੱਦਾਂ ਦੇ ਬੱਚੇ ਉੱਥੇ ਜਾ ਸਕਦੇ ਨੇ ਕੀ ਰਿਕੁਆਇਰਮੈਂਟਸ ਨੇ ਅਤੇ ਉੱਥੇ ਕੀ ਓਪਰਚੁਨਿਟੀਜ਼ ਨੇ ਅਤੇ ਆਓ ਫਿਰ ਮੁਲਾਕਾਤ ਕਰਦੇ ਹਾਂ ਨੀਰਜ ਵਡੇਰਾ ਜੀ ਦੇ ਨਾਲ ਨੀਰਜ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਮੀਗ੍ਰੇਸ਼ਨ ਅਪਡੇਟਸ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਛਾ ਨੀਰਜ ਜੀ ਜਿਹੜੇ ਬੱਚਿਆਂ ਨੇ 12ਵੀਂ ਕੀਤੀ ਹੈ ਅਤੇ ਉਹਨਾਂ ਦੀ ਪੜ੍ਹਾਈ ਵਿੱਚ ਗੈਪ ਹੈ ਕਾਫੀ ਲੰਬਾ ਗੈਪ ਹੈ 3 ਤੋਂ 4 ਸਾਲ ਜਾਂ 4 ਤੋਂ 5 ਸਾਲ ਉਹਨਾਂ ਲਈ ਕੋਈ ਓਪਰਚੁਨਿਟੀਜ਼ ਹੈਗੀਆਂ ਕੁਛ ਕਰ ਸਕਦੇ ਹਾਂ ਆਪਾਂ ਉਹਨਾਂ ਲਈ ਇਹਦੇ ਵਿੱਚ ਅੱਜ ਜਿਹੜਾ ਮੇਰਾ ਜਿਵੇਂ IUR ਮੈਂ ਕੁਛ ਨਾ ਕੁਛ ਬੱਚਿਆਂ ਵਾਸਤੇ ਨਵਾਂ ਲੈ ਕੇ ਆਉਣਾ ਸਾਨੂੰ ਕੁਛ ਕੁਐਸਚਨ ਆਉਂਦੇ ਨੇ ਕੁਛ ਸਾਨੂੰ ਵਟਸਐਪ 'ਤੇ ਵੀ ਆਉਂਦਾ ਪੁੱਛਦੇ ਨੇ ਉਹਨਾਂ ਦੀ ਕਾਫੀ ਟਾਈਮ ਤੋਂ ਇਹ ਸੀਗਾ ਵੀ ਸ਼ੈਨਿੰਗਨ ਦੇ ਬਾਰੇ ਸਰ ਸਾਨੂੰ ਜ਼ਰੂਰ ਦੱਸੋ ਅਤੇ ਅੱਜ ਮੈਂ ਜਿਹੜਾ ਟੌਪਿਕ ਰਹੇਗਾ ਸ਼ੈਨਿੰਗਨ ਕੰਟਰੀ ਜਿਹਦੇ ਵਿੱਚ 26 ਕੰਟਰੀਆਂ ਆਉਂਦੀਆਂ ਨੇ ਹੰਗਰੀ ਸਪੇਨ ਪੋਲੈਂਡ ਮਾਲਟਾ ਚੈੱਕ ਰਿਪਬਲਿਕ ਲੁਥਾਨੀਆ ਹੰਗਰੀ ਸਾਰੀਆਂ ਕੰਟਰੀਆਂ ਹੈਗੀਆਂ ਜਿਹੜੀਆਂ ਸ਼ੈਨਿੰਗਨ ਦੇ ਵਿੱਚ ਉਹਦੇ ਵਾਸਤੇ ਮੈਂ ਪਹਿਲੇ ਜਿਹੜਾ ਕਾਫੀ ਟਾਈਮ ਰਹੇਗਾ ਮੇਰਾ ਸਟੱਡੀ ਵੀਜ਼ਾ 'ਤੇ ਰਹੇਗਾ ਜਿਹੜਾ ਮੈਂ ਅੱਜ ਪ੍ਰੋਗਰਾਮ ਬੱਚਿਆਂ ਵਾਸਤੇ ਲੈ ਕੇ ਆਇਆ ਹਾਂ ਚੈੱਕ ਰਿਪਬਲਿਕ ਵਾਸਤੇ ਲੈ ਕੇ ਆਇਆ ਚੈੱਕ ਰਿਪਬਲਿਕ ਸ਼ੈਨਿੰਗਨ ਦਾ ਪਾਰਟ ਹੈਗਾ ਜਿਹਦੇ ਵਿੱਚ ਤੁਸੀਂ ਪੜ੍ਹ ਕੇ ਘੱਟ ਪੈਸੇ ਦੇ ਵਿੱਚ ਵੀਜ਼ਾ ਲੈ ਕੇ ਕਮਾਈ ਕਰਕੇ ਉੱਥੇ ਵੀ ਸੈੱਟ ਹੋ ਸਕਦੇ ਹੋ ਜਾਂ ਕਿਸੇ ਆਪਦੀ ਅੱਗੇ ਹੋਰ ਕਿਸੇ ਕੰਟਰੀ ਜਾਣਾ ਤਾਂ ਵੀ ਜਾ ਸਕਦੇ ਹੈਗੇ ਹੋ ਔਰ ਕੁਛ ਟਾਈਮ ਮੇਰਾ ਜਿਹੜਾ ਐਂਡ 'ਤੇ ਰਹੇਗਾ ਸ਼ੈਨਿੰਗਨ ਟੂਰਿਸਟ ਵੀਜ਼ਾ 'ਤੇ ਵੀ ਰਹੇਗਾ ਅਤੇ ਕੁੱਲ ਮਿਲਾ ਕੇ ਇਹ ਲਗਾ ਲਓ ਵੀ ਤੁਸੀਂ ਜਿਹੜੇ ਸਾਰੇ ਦਰਸ਼ਕਾਂ ਵਾਸਤੇ ਅੱਜ ਮੇਰਾ ਪ੍ਰੋਗਰਾਮ ਸ਼ੈਨਿੰਗਨ ਦੇ ਉੱਪਰ ਸਾਰਾ ਰਹੇਗਾ ਧਿਆਨ ਨਾਲ ਜਰਾ ਵੇਖ ਕੇ ਅਤੇ ਸਾਨੂੰ ਕਾਲ ਸਾਨੂੰ ਬਾਅਦ 'ਚ ਕਰਿਆ ਜੀ ਅੱਛਾ ਚੈੱਕ ਰਿਪਬਲਿਕ ਕਿੱਦਾਂ ਦੀ ਜਗ੍ਹਾ ਹੈ ਜਿਹੜਾ ਚੈੱਕ ਰਿਪਬਲਿਕ ਹੈ ਜੀ ਬਹੁਤ ਖੂਬਸੂਰਤ ਕੰਟਰੀ ਹੈਗੀ ਆ ਔਰ ਜਿਹਦੇ ਵਿੱਚ ਸਭ ਤੋਂ ਮੇਨ ਚੀਜ਼ ਹੈ ਇਹਦੀ ਆਪਾਂ ਜਿਵੇਂ ਸਾਡਾ ਜੇ ਕਿਹਾ ਜਾਵੇ ਅੱਜ ਚਾਈਨਾ ਆਪਣਾ ਸਾਰੀ ਇੰਡਸਟਰੀ ਨੂੰ ਜਾਂ ਸਾਰੇ ਵਰਲਡ ਨੂੰ ਕੈਪਚਰ ਕਰ ਰਿਹਾ ਹੈਗਾ ਮੈਨੂਫੈਕਚਰਿੰਗ ਦੇ ਵਿੱਚ ਅਤੇ ਅੱਜ ਤੋਂ ਪਹਿਲੇ ਜਿਹੜੀ ਚੈੱਕੋ ਸਲਵਾਕੀਆ ਜਿਹਨੂੰ ਆਪਾਂ ਕਹਿੰਦੇ ਸੀਗੇ ਇਹ ਚੈੱਕ ਰਿਪਬਲਿਕ ਉੱਥੋਂ ਦਾ ਪਾਰਟ ਹੈ ਜਿੱਥੋਂ ਆਪਾਂ ਸਕੋਡਾ ਜਾਂ ਵੋਕਸ ਵੈਗਨ ਦਾ ਜਨਮ ਹੋਇਆ ਸੀਗਾ ਉਹ ਚੈੱਕ ਰਿਪਬਲਿਕ ਦੀ ਮੈਂ ਗੱਲ ਕਰ ਰਿਹਾ ਹੈਗਾ ਬਹੁਤ ਖੂਬਸੂਰਤ ਸ਼ਹਿਰ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਪਰ ਕੈਪੀਟਾ ਇਨਕਮ ਜਿਹੜੀ ਬੱਚਿਆਂ ਜਿਹੜੀ ਉੱਥੋਂ ਦੇ ਵਸ਼ਿੰਦਿਆਂ ਦੀ ਹੈਗੀ ਹੈ 3,000 ਤੋਂ 3,500 ਯੂਰੋ ਪਰ ਮੰਥ ਉਹਨਾਂ ਦੀ ਸੈਲਰੀ ਅਰਨਿੰਗਸ ਨੇ ਜਿਹੜੀਆਂ ਗੌਰਮੈਂਟ ਦੇ ਪਰ ਕੈਪੀਟਾ ਇਨਕਮ ਦੇ ਵਿੱਚ ਮੰਥਲੀ ਇਨਕਮ ਫਿਕਸ ਕੀਤੀ ਗਈ ਹੈਗੀ ਹੈ ਸਭ ਤੋਂ ਵਧੀਆ ਗੱਲ ਚੈੱਕ ਰਿਪਬਲਿਕ ਦੀ ਮੈਂ ਦੱਸਣ ਜਾ ਰਿਹਾ ਹੈਗਾ ਸਭ ਤੋਂ ਘੱਟ ਫੀਸਾਂ ਸਭ ਤੋਂ ਘੱਟ ਫੰਡ ਔਰ ਵੀਜ਼ਾ ਵੀ ਸ਼ੋਰ ਬਟ ਇੱਕੋ ਗੱਲ ਬੱਚਾ ਜੈਨੂਅਨ ਹੋਣਾ ਚਾਹੀਦਾ ਪਲੱਸ ਟੂ ਪਾਸ ਹੋਵੇ 3-4 ਸਾਲ ਦਾ ਗੈਪ ਹੈ ਕੋਈ ਗੈਪ ਬਣਾਉਣ ਕਰਨ ਦੀ ਲੋੜ ਨਹੀਂ ਬੱਚੇ ਨੇ ਕੀ ਕੀਤਾ ਹੈਗਾ ਪਰਸੈਂਟੇਜ ਕਿੰਨੀ ਹੈਗੀ ਹੈ ਇਹ ਸਾਰੀਆਂ ਚੀਜ਼ਾਂ 'ਤੇ ਚੈੱਕ ਰਿਪਬਲਿਕ ਦਾ ਸਟੱਡੀ ਵੀਜ਼ਾ ਸਟੈਂਡ ਕਰਦਾ ਹੈਗਾ ਸਾਰੀਆਂ ਚੀਜ਼ਾਂ ਦਾ ਜਿਹੜਾ ਮੇਰਾ ਪ੍ਰੋਗਰਾਮ ਹੈ ਚੈੱਕ ਰਿਪਬਲਿਕ ਬਾਰੇ ਜਿਹੜਾ ਮੈਂ ਦੱਸ ਰਿਹਾ ਹੈਗਾ ਜਿਹਦੇ ਵਿੱਚ ਤੁਸੀਂ 10ਵੀਂ ਪਾਸ ਹੋ 12ਵੀਂ ਪਾਸ ਹੋ ਸੋਰੀ ਮਾਫ਼ ਕਰਨਾ 12ਵੀਂ ਪਾਸ ਬੱਚਿਆਂ ਵਾਸਤੇ ਚੈੱਕ ਰਿਪਬਲਿਕ ਜਾ ਸਕਦੇ ਨੇ ਵਿਦ ਸਪਾਊਸ ਸਪਾਊਸ ਨੂੰ ਲੈ ਕੇ ਜਾਣਾ ਹੈਗਾ ਅਤੇ ਤੁਸੀਂ ਚੈੱਕ ਰਿਪਬਲਿਕ ਸਪਾਊਸ ਦੇ ਨਾਲ ਸਟੱਡੀ ਵੀਜ਼ਾ 'ਤੇ ਜਾ ਸਕਦੇ ਹੋ ਜੇ ਗ੍ਰੈਜੂਏਟ ਹੋ ਤਾਂ ਵੀ ਤੁਸੀਂ ਪੋਸਟ ਗ੍ਰੈਜੂਏਸ਼ਨ ਵਾਸਤੇ ਜਾ ਸਕਦੇ ਹੋ ਸਟੱਡੀ ਬਹੁਤ ਸਸਤੀ ਔਰ ਵਧੀਆ ਔਰ ਸਭ ਤੋਂ ਮੇਨ ਚੀਜ਼ ਹੈ ਲਿਵਿੰਗ ਐਕਸਪੈਂਸ ਦੀ ਗੱਲ ਕਰਾਂ ਅਤੇ ਤੁਸੀਂ ਐਂ ਲਾ ਲਓ ਵੀ ਇੱਕ ਬੰਦੇ ਦੇ 10 ਤੋਂ 15,000 ਰੁਪਇਆ ਮਹੀਨੇ ਦਾ ਖਰਚਾ ਹੈਗਾ ਇਹ ਸਾਰੀਆਂ ਚੀਜ਼ਾਂ ਦੇ ਵਾਸਤੇ ਜੇ ਤੁਸੀਂ ਕੁਛ ਵੀ ਪੁੱਛਣਾ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਅੱਛਾ ਨੀਰਜ ਜੀ ਕੀ ਇਹ ਚੈੱਕ ਰਿਪਬਲਿਕ ਹੋਸਪਿਟੈਲਿਟੀ ਕੋਰਸਿਸ ਲਈ ਜ਼ਿਆਦਾ ਪਾਪੂਲਰ ਹੈ ਇਹਦੇ ਵਿੱਚ ਮੈਂ ਜੱਸੀ ਜੀ ਮੈਂ ਇਹ ਤਾਂ ਨਹੀਂ ਕਹਾਂਗਾ ਇੱਥੇ ਜ਼ਿਆਦਾ ਨਾ ਇੰਜੀਨੀਅਰਿੰਗ ਦੀ ਪੜ੍ਹਾਈ ਹੁੰਦੀ ਹੈ ਨੋ ਡਾਊਟ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਾਫੀ ਹੈਗੀ ਹੈ ਹੋਟਲ ਮੈਨੇਜਮੈਂਟ ਤਾਂ ਜਿੰਨੇ ਵੀ ਕੰਟਰੀਜ਼ ਅਸੀਂ ਬੋਲਦੇ ਹੈਗੇ ਹਾਂ ਹੋਟਲ ਮੈਨੇਜਮੈਂਟ ਤਾਂ ਚੱਲਦਾ ਆਪਣੇ ਇੱਥੇ ਜੇ ਲਾਈਏ ਪੰਜਾਬੀ ਦੇ ਵਿੱਚ ਲੁਧਿਆਣੇ ਚਲੇ ਜਾਓ ਜਲੰਧਰ ਚਲੇ ਜਾਓ ਬਹੁਤ ਤੱਕ ਚੰਗੇ ਚੰਗੇ ਰੈਸਟੋਰੈਂਟ ਵੀ ਖੁੱਲ੍ਹੇ ਹੈਗੇ ਆ ਜਿਹੜੇ ਆਪਾਂ ਨੂੰ ਅਟੈਂਡ ਕਰਦੇ ਨੇ ਚਾਹੇ ਉਹ ਵੇਟਰ ਨੇ ਜਾਂ ਉਹਨਾਂ ਦੇ ਮੈਨੇਜਰ ਨੇ ਉਹਨਾਂ ਦੀ ਪਰਸਨੈਲਿਟੀ ਤੋਂ ਵੇਖ ਕੇ ਲੱਗਦਾ ਵੀ ਇਹ ਬੰਦੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ ਬਟ ਜੇ ਆਪਾਂ ਬਾਹਰ ਦੀ ਗੱਲ ਕਰੀਏ ਤਾਂ ਬਾਹਰ ਹਰ ਚਾਹੇ ਛੋਟਾ ਰੈਸਟੋਰੈਂਟ ਹੈ ਵੱਡਾ ਹੋਟਲ ਹੈ ਸਾਰਿਆਂ ਨੇ ਪ੍ਰੋਫੈਸ਼ਨਲ ਬੱਚੇ ਜਿਹੜੇ ਪੜ੍ਹੇ ਹੁੰਦੇ ਆ ਉਸੇ ਫੀਲਡ ਦੇ ਬੱਚੇ ਲੈਂਦੇ ਆ ਇੱਕ ਹੋਰ ਮੈਂ ਜੱਸੀ ਜੀ ਆਪਣੇ ਲਾਈਫ ਦੀ ਲਾ ਲਓ ਸਾਡੇ ਪੰਜਾਬ ਦੀ ਲਾ ਲਓ ਜਾਂ ਸਾਰੇ ਇੰਡੀਆ ਦੀ ਦੁਵਿਧਾ ਲਾ ਲਓ ਅੱਜ ਤੱਕ ਅਸੀਂ ਜਿਹੜਾ ਪੜ੍ਹੇ ਹਾਂ ਜਾਂ ਅਸੀਂ ਜੋ ਗ੍ਰੈਜੂਏਸ਼ਨ ਕੀਤੀ ਹੈ ਜਾਂ ਪਲੱਸ ਟੂ ਕੀਤੀ ਹੈ ਸਾਨੂੰ ਅੱਜ ਤੱਕ ਸਾਡੀ ਪੜ੍ਹਾਈ ਦੇ ਰਿਲੇਟਿਡ ਅੱਜ ਤੱਕ ਜੋਬ ਹੀ ਨਹੀਂ ਮਿਲ ਪਾਈ ਉਹ ਕਿਉਂ ਨਹੀਂ ਮਿਲ ਪਾਈ ਕਿਉਂਕਿ ਸਾਡਾ ਗੋਲ ਹੀ ਸਹੀ ਨਹੀਂ ਸੀਗਾ ਸਾਨੂੰ ਕਈ ਚੀਜ਼ ਸਬਜੈਕਟ ਐਵੇਂ ਦੇ ਪੜ੍ਹਾਏ ਜਾਂਦੇ ਆ ਇਹ ਮੇਰੀ ਪਰਸਨਲ ਫੀਲਿੰਗ ਹੈਗੀ ਹੈ ਸਾਨੂੰ ਸਬਜੈਕਟ ਹੀ ਐਵੇਂ ਦੇ ਪੜ੍ਹਾਏ ਜਾਂਦੇ ਆ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੁੰਦਾ ਹੈਗਾ
ਇਸ ਚੀਜ਼ ਨਾਲੋਂ ਅੰਗਰੇਜ਼ਾਂ ਦੇ ਬੱਚੇ ਨੂੰ ਇਹ ਪੜਾਇਆ ਜਾਂਦਾ ਵੀ ਇਹ ਬੱਚੇ ਦਾ 6ਵੀਂ 7ਵੀਂ ਤੋਂ ਬਾਅਦ ਇਹ ਸਟੈਂਡਰਡ ਰਹਿਣਾ ਚਾਹੀਦਾ, ਇਸ ਬੱਚੇ ਨੂੰ ਇਸ ਲਾਈਨ ਦੇ ਵਿੱਚ ਪਾਣਾ ਹੈਗਾ। ਇਹ ਮੈਂ ਫਿਰ ਤੁਹਾਡੇ ਘੁੰਮ ਫਿਰ ਕੇ ਤੁਸੀਂ ਕਹੋਗੇ ਵੀ ਕਿੱਥੇ ਮੈਂ ਲੈ ਗਿਆ, ਮੈਂ ਇਸ ਕਰਕੇ ਕਹਿ ਰਿਹਾ ਸੀਗਾ ਜੇ ਪਹਿਲੇ ਵੀ ਗੋਲ ਫਿਕਸ ਨਹੀਂ ਹੈਗਾ ਤੇ ਕਰੀਅਰ ਓਵਰਸੀਜ਼ ਤੁਹਾਡੀ ਗੋਲ ਫਿਕਸ ਕਰਨ 'ਚ ਮਦਦ ਕਰ ਸਕਦਾ ਹੈਗਾ। ਵੀਜ਼ਾ ਕਰਨ 'ਚ ਦੇ ਵਿੱਚ ਤਾਂ ਅਸੀਂ ਮਦਦ ਕਰਾਂਗੇ, ਅਸੀਂ ਇਹ ਵੀ ਵੇਖਣਾ ਤੁਹਾਡੀ ਪੋਕਿਟ ਕਿੰਨੀ ਅਲਾਓ ਕਰਦੀ ਹੈ, ਤੁਹਾਡਾ ਇੰਗਲਿਸ਼ ਲੈਵਲ ਕਿੰਨਾ ਅਲਾਓ ਕਰਦਾ, ਤੁਹਾਡਾ ਕੌਨਫੀਡੈਂਸ ਲੈਵਲ ਕਿੰਨਾ ਅਲਾਓ ਕਰਦਾ। ਹੁਣ ਮੈਂ ਇੱਕ ਹੋਰ ਗੱਲ ਦੱਸਦਾ ਹੈਗਾ, ਜੇ ਅੱਜ ਸਾਡੇ ਦਰਸ਼ਕ ਜਾਂ ਸਾਡੇ ਉਹਨਾਂ ਦੇ ਮਾਂ ਬਾਪ ਦੇਖ ਰਹੇ ਹੋਣਗੇ, ਜੇ ਅੱਜ ਆਪਦੇ ਬੱਚੇ ਨੂੰ ਤੁਸੀਂ ਕੋਈ ਬੰਬੇ ਜਾਂ ਦਿੱਲੀ ਭੇਜਣਾ ਹੈਗਾ, ਜੇ ਇੰਗਲਿਸ਼ ਵੀ ਬੋਲ ਲੈਂਦਾ ਤੇ ਉਹਨੂੰ ਜੇ ਉਹਦਾ ਕੌਨਫੀਡੈਂਸ ਨਹੀਂ ਹੈ ਤੇ ਕੰਮ ਕੀ ਕਰੂਗਾ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦਾ ਜਿਹੜੀ ਗਰੂਮਿੰਗ ਹੈਗੀ ਹੈ ਕਰੀਅਰ ਓਵਰਸੀਜ਼ ਤੁਹਾਨੂੰ ਦੇ ਰਿਹਾ ਹੈਗਾ। ਪਹਿਲੇ ਬੱਚੇ ਦੀ 1.5-2 ਮਹੀਨੇ ਕੋਈ ਵੀ ਜੇ ਕੰਟਰੀ 'ਚ ਅਪਲਾਈ ਕਰਦੇ ਹੋ ਤਾਂ 1.5-2 ਮਹੀਨੇ ਲੱਗਦੇ ਨੇ ਵੀਜ਼ਾ ਨੂੰ। 1.5-2 ਮਹੀਨੇ ਦੇ ਵਿੱਚ ਅਸੀਂ ਪਹਿਲੇ ਬੱਚੇ ਦੀ ਗਰੂਮਿੰਗ, ਪਰਸਨੈਲਿਟੀ, ਬਾਡੀ ਲੈਂਗੁਏਜ ਔਰ ਸਭ ਤੋਂ ਮੇਨ ਚੀਜ਼ ਇੰਗਲਿਸ਼ ਔਰ ਕੌਨਫੀਡੈਂਸ ਲੈਵਲ ਬਿਲਟਅਪ ਕਰਦੇ ਹੈਗੇ ਹਾਂ, ਚਾਹੇ ਉਹ ਕਿਸੇ ਕੰਟਰੀ ਜਾਣਾ। ਦੂਜੀ ਗੱਲ, ਸਾਡੀ ਕੌਂਸਲਰ ਕੋਲ ਆ ਜਾਓ, ਮੇਰੇ ਕੋਲ ਆ ਜਾਓ, ਪਹਿਲੇ ਮੈਂ ਇਹ ਪੁੱਛਾਂਗਾ ਤੁਹਾਡਾ ਬਜਟ ਕਿੰਨਾ ਹੈਗਾ, ਬੱਚੇ ਦੀ ਸੋਚ ਪੜਾਂਗਾ, ਅੱਧਾ ਘੰਟਾ ਮੈਂ ਬੱਚੇ 'ਤੇ ਲਾਉਂਦਾ, ਫਿਰ ਮੈਂ ਦੱਸਦਾ ਵੀ ਇਹਨੂੰ ਇਹ ਕੰਟਰੀ ਨਹੀਂ, ਮੈਨੂੰ ਇਹ ਕੰਟਰੀ ਕਰੋ। ਕਈ ਮੰਨਦੇ ਹੈ, ਕਈ ਨਹੀਂ ਮੰਨਦੇ, ਸਾਡੀ ਸਲਾਹ ਫ੍ਰੀ ਹੈ, ਕਰਨਾ ਤੁਸੀਂ ਹੈ, ਮੰਨਣਾ ਤੁਸੀਂ ਹੈ, ਨਹੀਂ ਕੋਈ ਗੱਲ ਨਹੀਂ। ਚੈੱਕ ਰਿਪਬਲਿਕ ਦੇ ਵਿੱਚ ਜੇ ਤੁਸੀਂ ਜਾਣਾ ਹੈਗਾ, ਜਿਹੜੀਆਂ ਮੈਂ ਫਾਰਮੈਲਿਟੀਆਂ ਦੱਸੀਆਂ ਹੈਗੀਆਂ, ਜੇ ਸਾਰੇ ਓਰੀਜਨਲ ਸਾਡੇ ਕੋਲ ਲੈ ਕੇ ਆਉਂਦੇ ਹੋ, 12ਵੀਂ ਪਾਸ ਬੱਚੇ ਆ, ਗ੍ਰੈਜੂਏਟ ਬੱਚੇ, 4-5 ਸਾਲ ਦਾ ਗੈਪ ਹੈ, ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਤਾਂ ਚੈੱਕ ਰਿਪਬਲਿਕ ਜਾ ਸਕਦੇ ਹੋ। ਔਰ ਸਭ ਤੋਂ ਵਧੀਆ ਗੱਲ ਇੱਕ ਹੋਰ ਦੱਸਣ ਜਾ ਰਿਹਾ ਹੈਗਾ, ਜਿਹੜੇ ਬੱਚੇ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਤੋਂ ਰਿਜੈਕਟ ਨੇ ਜਾਂ ਉਹਨਾਂ ਦੀਆਂ ਫਾਈਲਾਂ ਫਸੀਆਂ ਨੇ, ਉੱਥੇ ਨਹੀਂ ਜਾਣਾ ਚਾਹੁੰਦੇ ਜਾਂ ਬਜਟ ਘੱਟ ਸੀ, ਪਹਿਲੇ ਫਸ ਗਏ ਜਾਂ ਹੁਣ ਵੀ ਬਜਟ ਘੱਟ ਹੈਗਾ, ਨਵੇਂ ਬੱਚੇ ਜਿਹੜੇ ਸੋਚ ਰਹੇ ਨੇ, ਤਾਂ ਉਹ ਸ਼ੈਨਿੰਗਨ ਦੇ ਵਿੱਚ ਇੱਥੋਂ ਜਾ ਸਕਦੇ ਨੇ ਔਰ ਇੱਥੋਂ ਇਟਲੀ ਵੀ ਜਾਇਆ ਜਾ ਸਕਦਾ, ਜਰਮਨੀ ਵੀ ਜਾਇਆ ਜਾ ਸਕਦਾ, ਹੋਲੈਂਡ ਜਾਇਆ ਜਾ ਸਕਦਾ, ਪੋਲੈਂਡ ਜਾਇਆ ਜਾ ਸਕਦਾ। ਪੜ੍ਹ ਕੇ ਪੜ੍ਹੋਂਗੇ ਅਤੇ ਕਮਾਈ ਕਰੋਂਗੇ ਅਤੇ ਕਾਮਯਾਬ ਹੋ। ਜੇ ਇਕੱਲੇ ਕਹੋ ਵੀ ਮੈਂ ਪੜ੍ਹਾਈ ਦੇ ਬੇਸ 'ਤੇ ਵੀਜ਼ਾ ਲੈ ਲਵਾਂ ਅਤੇ ਉੱਥੋਂ ਅੱਗੇ ਖਿਸਕ ਜਾਵਾਂ ਅਤੇ ਆਉਣ ਦੀ ਕੋਈ ਲੋੜ ਨਹੀਂ, ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਹੈ। ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਹੈਗਾ ਮੇਰੇ ਕੋਲ ਆ ਕੇ ਇੱਕ ਵਾਰ ਬੱਚਿਆਂ ਨਾਲ, ਆਪਦੇ ਮਾਂ ਬਾਪ ਨਾਲ ਮਿਲੇ, ਅਤੇ ਮੇਰਾ ਗਰੰਟੀ ਹੈਗੀ ਹੈ ਮੈਂ ਉਹਦੀ ਜ਼ਿੰਦਗੀ ਬਣਾ ਦਿਆਂਗਾ। ਅਤੇ ਕਿੰਨਾ ਕੁ ਟਾਈਮ ਲੱਗਦਾ ਇਹਦਾ ਵੀਜ਼ਾ ਆਉਣ ਵਿੱਚ? ਇਹਦੇ ਵਿੱਚ ਜਿਹੜਾ ਵੀਜ਼ਾ ਆਉਣ 'ਚ ਜੀ, ਜਿਵੇਂ ਮੈਂ ਦੱਸ ਰਿਹਾ, ਜੁਲਾਈ ਦਾ ਇਨਟੇਕ ਹੈਗਾ ਜੱਸੀ ਜੀ, ਔਰ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਹੈਗੀ ਹੈ 2 ਮਹੀਨੇ ਦਾ 45-60 ਦਿਨਾਂ ਦਾ ਪ੍ਰੋਗਰਾਮ ਹੈਗਾ ਜਿਹੜਾ ਚੈੱਕ ਰਿਪਬਲਿਕ ਦਾ ਸਾਰਾ ਚੱਲਦਾ ਹੈਗਾ। ਪਹਿਲੇ ਸਾਡੇ ਕੋਲ ਡਾਕੂਮੈਂਟਸ ਚਾਹੀਦੇ ਨੇ, ਫੰਡ ਜਿਹੜੇ ਚਾਹੀਦੇ ਨੇ, ਸੋਰੀ ਮੈਂ ਦੱਸਣਾ ਭੁੱਲ ਗਿਆ, ਜਿਹੜੇ ਫੰਡ ਚਾਹੀਦੇ ਨੇ ਚੈੱਕ ਰਿਪਬਲਿਕ ਵਾਸਤੇ, ਸਿਰਫ 4 ਲੱਖ ਰੁਪਇਆ ਫੰਡ 15 ਦਿਨ ਪੁਰਾਣੇ ਚਾਹੀਦੇ ਹੈਗੇ ਹੈ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਜਿਹੜੇ ਸਾਰੇ ਡਾਕੂਮੈਂਟਸ ਦੇਣੇ ਉਹ ਅਸੀਂ ਮਿਨਿਸਟਰੀ ਤੋਂ ਅਪੋਸਟਾਈਲ ਕਰਵਾ ਲੈਣੇ ਦਿੱਲੀ ਤੋਂ, ਔਰ ਇੱਕ ਛੋਟਾ ਜਿਹਾ ਜਿਹੜਾ ਸਭ ਤੋਂ ਮੇਨ ਚੀਜ਼ ਹੈ ਸਾਡੇ ਪੰਜਾਬੀ ਜਾਂ ਸਾਡੇ ਬੱਚੇ ਡਰਦੇ ਨੇ, ਉਹ ਹੈਗਾ ਇੰਟਰਵਿਊ। ਇੰਟਰਵਿਊ ਜ਼ਰੂਰ ਆਉਣਾ ਹੈਗਾ, ਇੰਟਰਵਿਊ ਦੀ ਤਿਆਰੀ ਤੁਹਾਨੂੰ ਮੈਂ ਹਫ਼ਤਾ ਆਪਦੇ ਕੋਲ ਰੱਖਾਂਗਾ। ਇੰਟਰਵਿਊ ਦੇ ਵਿੱਚ ਕੀ ਪੁੱਛਿਆ ਜਾਣਾ, ਬੇਸਿਕਲੀ ਤੁਸੀਂ ਸਾਡੀ ਕੰਟਰੀ ਕਿਉਂ ਆਉਣਾ ਚਾਹੁੰਦੇ ਹੋ, ਇਹ ਕੋਰਸ ਕਿਉਂ ਕਰਨਾ ਚਾਹੁੰਦੇ ਹੋ, ਪਹਿਲੇ ਕਿਉਂ ਨਹੀਂ ਸੋਚਿਆ, ਹੁਣ ਕਿਉਂ ਸੋਚਿਆ, ਕੋਰਸ ਦੇ ਕੰਟੈਂਟ ਕੀ ਨੇ, ਖਤਮ ਕਦੋਂ ਹੋਣਾ, ਤੁਹਾਡਾ ਜ਼ਿੰਦਗੀ ਦਾ ਲਾਈਫ ਦਾ ਗੋਲ ਕੀ ਹੈ, ਇਹ ਪੜ੍ਹ ਕੇ ਕੀ ਕਰੋਗੇ, ਇਹ ਸਾਰੀਆਂ ਚੀਜ਼ਾਂ ਦੇ ਸਵਾਲ ਨੇ, ਕੋਈ 40-42 ਸਵਾਲ ਨੇ, ਅਸੀਂ ਤੁਹਾਨੂੰ ਪੂਰਾ ਸਮਝਾਉਂਦੇ ਹਾਂ। ਬਟ 2-3 ਚੀਜ਼ਾਂ, ਤੁਹਾਡਾ ਕੌਨਫੀਡੈਂਸ ਅੱਛਾ ਹੋਣਾ ਚਾਹੀਦਾ, ਇੰਗਲਿਸ਼ ਚੰਗੀ ਹੋਣੀ ਚਾਹੀਦੀ ਹੈਗੀ ਹੈ, ਉਸ ਤੋਂ ਬਾਅਦ ਫਾਈਲ ਦੇ ਵਿੱਚ ਕੀ ਲੱਗਾ ਇਹ ਵੀ ਜ਼ਰੂਰ ਦੇਖ ਲਿਆ ਕਰੋ, ਕਿਸੇ ਵੀ ਕੰਸਲਟੈਂਟ ਤੋਂ ਜੇ ਫਾਈਲ ਲਗਵਾਉਂਦੇ ਹੋ, ਅਤੇ ਇਹ ਸਾਰੀਆਂ ਚੀਜ਼ਾਂ ਇੱਕ ਵਾਰ ਜ਼ਰੂਰ ਤੋਂ ਜ਼ਰੂਰ ਸਾਰੀਆਂ ਚੀਜ਼ਾਂ 1x1 ਸਟੈਪ ਬਾਏ ਸਟੈਪ ਆਪਦੀ ਫਾਈਲ 'ਚ ਵੀ ਫੋਟੋ ਕਾਪੀ ਕਰਵਾ ਕੇ ਲਾ ਲਿਆ ਕਰੋ। ਕੋਈ ਪਤਾ ਨਹੀਂ, ਕੋਈ ਵੀ ਕਿਸੇ ਚੀਜ਼ ਦੀ ਲੋੜ ਪੈ ਸਕਦੀ ਹੈ ਜਾਂ ਤੁਹਾਨੂੰ ਆਪਦੀ ਫਾਈਲ ਦਾ ਪਤਾ ਹੋਵੇ। ਹੁਣ ਮੈਂ ਇੱਕ ਹੋਰ ਦੱਸਦਾ, ਤੁਸੀਂ ਸਮਾਰਟਫੋਨ ਲਈ ਫਿਰਦੇ ਹੋ, ਸੋਸ਼ਲ ਸਾਈਟਸ 'ਤੇ ਐਕਟੀਵੇਟ ਹੋ, ਜੇ ਇਹ ਸਾਰੀਆਂ ਚੀਜ਼ਾਂ ਥੋੜ੍ਹੀਆਂ ਜਾਂ ਗੂਗਲ ਮਹਾਰਾਜ 'ਤੇ ਵੀ 1.5-2 ਘੰਟਾ ਲਾ ਲਓ ਅਤੇ ਆਪਦੇ ਕਰੀਅਰ ਦੇ ਪ੍ਰਤੀ ਕਿੱਥੇ ਜਾਣਾ ਹੈ, ਜੇ ਸ਼ਰਟ ਲੈਣੀ ਹੈਗੀ ਹੈ, ਪਹਿਲੇ ਤਾਂ 4 ਸਾਈਟਾਂ ਵੇਖਦੇ ਹੈਗੇ ਵੀ ਆਹ ਸਸਤੀ ਮਿਲਦੀ ਹੈ, ਟੋਮੀ ਦੀ ਮਿਲਦੀ ਹੈ, 3200 ਦੀ ਮਿਲਦੀ ਹੈ, ਇਹ ਚੀਜ਼ਾਂ ਦਾ ਵੇਖ ਲੈਣਾ। ਜਦੋਂ ਤੁਹਾਡੇ ਕਰੀਅਰ ਦਾ ਸਵਾਲ ਆਉਂਦਾ ਹੈਗਾ ਤਾਂ ਤੁਸੀਂ ਸਾਰਾ ਕੁਛ ਕੰਸਲਟੈਂਟ ਨੂੰ ਫੜਾ ਜਾਂਦੇ ਹੋ, ਅਤੇ ਫਿਰ ਬਾਅਦ 'ਚ ਪੇਪਰਾਂ ਦੇ ਵਿੱਚ ਆਉਂਦਾ ਹੈਗਾ ਜੀ ਮੈਨੂੰ ਉਹਨੇ ਫਲਾਣੇ ਨੇ ਠੱਗ ਲਿਆ, ਉਹਨੇ ਠੱਗ ਲਿਆ। ਜੇ ਇਹੀ ਸਾਰੀਆਂ ਚੀਜ਼ਾਂ ਤੁਸੀਂ ਪਹਿਲੇ ਸੋਚ ਸਮਝ ਕੇ ਅਪਲਾਈ ਕਰੋ, ਚਾਹੇ ਉਹ ਕਿਸੇ ਕੰਟਰੀ ਹੈ, ਔਰ ਹਰ ਚੀਜ਼ ਦੀ ਜੋ ਵੀ ਪੈਸੇ ਦਿੱਤੇ ਨੇ ਉਹਦੀ ਰਸੀਦ ਲਓ, ਔਰ ਹਰ ਚੀਜ਼ ਬਾਰੇ ਅਵੇਅਰ ਰਹੋ ਕੇ ਚੱਲੋ। ਮੈਂ ਗਰੰਟੀ ਦਿੰਦਾ ਤੁਹਾਨੂੰ ਕੋਈ ਇੱਕ ਬੇਵਕੂਫ ਨਹੀਂ ਬਣਾ ਸਕਦਾ, ਤੁਹਾਡਾ ਵੀਜ਼ਾ ਵੀ ਆਊਗਾ, ਤੁਸੀਂ ਟਾਈਮ 'ਤੇ ਵੀ ਜਾਓਗੇ, ਪੈਸਾ ਵੀ ਮਾਂ ਬਾਪ ਦਾ ਬਚਾਓਗੇ ਔਰ ਉੱਥੇ ਸੈੱਟ ਵੀ ਹੋ ਸਕੋਗੇ। ਅੱਛਾ ਨੀਰਜ ਜੀ, ਚੈੱਕ ਰਿਪਬਲਿਕ ਵਾਲੇ ਤੁਸੀਂ ਕਾਫੀ ਡਿਟੇਲ ਵਿੱਚ ਗੱਲ ਕੀਤੀ ਹੈ, ਇਸ ਤੋਂ ਪਹਿਲਾਂ ਕਿ ਅਸੀਂ ਕੁਛ ਹੋਰ ਗੱਲ ਕਰੀਏ, ਚੈੱਕ ਰਿਪਬਲਿਕ ਬਾਰੇ ਕੁਛ ਹੋਰ ਦੱਸਣਾ ਚਾਹੋਗੇ ਦਰਸ਼ਕਾਂ ਨੂੰ ਜਾਂ ਬੱਚਿਆਂ ਨੂੰ ਜਿਹੜੇ ਜਾਣਾ ਚਾਹੁੰਦੇ ਨੇ, ਜਿਨ੍ਹਾਂ ਦਾ ਇੰਟਰਸਟ ਹੈ ਜਾਣ ਵਿੱਚ? ਇਹਦੇ ਵਿੱਚ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹੈਗਾ ਜਿਹੜੀ ਮੇਰੇ ਜ਼ਿਹਨ 'ਚ ਆ ਰਹੀ ਸੀ। ਇਹ ਮੈਂ ਜਿਹੜਾ ਸ਼ੋਅ ਕੀਤਾ ਹੈਗਾ, ਸਾਨੂੰ ਕਾਫੀ ਬੱਚੇ ਆ ਕੇ ਮਿਲਦੇ ਹੈਗੇ ਆ, ਕਈਆਂ ਨੂੰ ਮਾਲਟਾ ਦੇ ਨਾਮ 'ਤੇ ਬੇਵਕੂਫ ਬਣਾਇਆ ਜਾ ਰਿਹਾ, ਕਿਸੇ ਨੂੰ
ਜੇ ਤੁਸੀਂ ਚੈੱਕ ਰਿਪਬਲਿਕ ਜਾਣਾ 3000 ਯੂਰੋ ਤੋਂ 4000 ਯੂਰੋ ਦੇ ਵਿੱਚ ਫੀਸ ਹੈਗੀ ਹੈ। ਕੁਝ ਚੰਗੇ ਕਾਲਜ ਆ ਉਹਨਾਂ ਦੀ $5000 ਯੂਰੋ ਫੀਸ ਵੀ ਹੈਗੀ ਹੈ। ਬਟ ਤਿੰਨ ਚਾਰ ਚੀਜ਼ਾਂ ਉਹਨਾਂ ਨੇ ਵੀ ਵੇਖਣੀਆਂ। ਤੁਹਾਡਾ ਸਭ ਤੋਂ ਮੇਨ ਚੀਜ਼ ਹੈ ਇੰਗਲਿਸ਼ ਲੈਵਲ ਹੈ, ਤੁਹਾਡਾ ਸਕਾਈਪ 'ਤੇ ਇੰਟਰਵਿਊ ਆਉਣਾ। ਹੁਣ ਇਹ ਨਾ ਡਰੋ, ਦੇਖੋ ਜਿਹੜੀਆਂ ਚੀਜ਼ਾਂ ਤੋਂ ਅਸੀਂ ਡਰਦੇ ਹੈਗੇ ਹਾਂ ਉਹ ਸਾਰੀ ਜ਼ਿੰਦਗੀ ਨਹੀਂ ਕਰ ਪਾਉਂਦੇ। ਜੇ ਤੁਸੀਂ ਉਹ ਚੀਜ਼ਾਂ ਕਰੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਲੈ ਯਾਰ ਇਹ ਤਾਂ ਛੋਟੀ ਜਿਹੀ ਚੀਜ਼ ਸੀਗੀ, ਐਵੇਂ ਮੈਂ ਡਰੀ ਜਾਂਦਾ ਸੀਗਾ। ਦੇਖੋ ਸਾਡੀ ਜਿਹੜੀ ਕਿਸਮਤ ਹੈ ਅਸੀਂ ਆਪ ਬਣਾਉਂਦੇ ਹੈਗੇ ਹਾਂ। ਹੁਣ ਤੁਹਾਡੇ ਉੱਪਰ ਹੈ, ਤੁਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਹੋ, ਤੁਹਾਡਾ ਕੌਨਫੀਡੈਂਸ ਬੂਸਟ ਕਰਨਾ ਚਾਹੁੰਦੇ ਹੋ, ਜਾਂ ਮੈਂ ਬਾਹਰ ਜਾ ਕੇ ਜੇ ਸੈੱਟ ਹੋਣਾ ਤਾਂ ਕਿਉਂ ਨਾ ਹੋਵੇ ਚੰਗੀ ਕੰਟਰੀ ਜਾਵਾਂ। ਇਸ ਕਰਕੇ ਮੈਂ ਚੈੱਕ ਰਿਪਬਲਿਕ ਬੋਲ ਰਿਹਾ ਹੈਗਾ। ਔਰ ਇਹਦੇ ਵਿੱਚ ਇੱਕੋ ਚੀਜ਼ ਹੈ, ਮੇਰੇ ਕੋਲ ਉਹ ਬੱਚਾ ਆਵੇ ਜਿਹੜਾ ਕਹੇ ਮੈਂ ਮਿਹਨਤ ਕਰਨੀ ਹੈ, ਕਿੱਥੋਂ ਰਿਜੈਕਸ਼ਨ ਹੋ ਗਈ ਹੈ, ਸਪਾਊਸ ਨਾਲ ਪਲੱਸ ਟੂ ਪਾਸ ਹੈ ਜਾਂ ਗ੍ਰੈਜੂਏਟ ਹੈ, ਸਪਾਊਸ ਨਾਲ ਜਾਣਾ ਹੈ, ਰਿਜੈਕਸ਼ਨ ਹੋ ਗਈ ਹੈ, ਬਜਟ ਘੱਟ ਹੈ, ਦੁਬਾਰਾ ਤੋਂ ਮਿਹਨਤ ਕਰਨਾ ਚਾਹੁੰਦਾ ਹੈ, ਮਾਇੰਡ ਦੇ ਵਿੱਚ ਆ ਗਿਆ ਵੀ ਮੈਂ ਚੈੱਕ ਰਿਪਬਲਿਕ ਜਾ ਕੇ ਵੀ ਕਿਸੇ ਹੋਰ ਜਰਮਨੀ ਸਪੇਨ ਕਿਤੇ ਵੀ ਜਾ ਸਕਦਾ, ਅਤੇ ਇੱਥੇ ਪੜ੍ਹ ਕੇ ਵੀ ਤੁਸੀਂ ਅੱਗੇ ਜਾ ਸਕਦੇ ਹੈਗੇ ਹੋ। ਇਸ ਕਰਕੇ ਮੇਰਾ ਨੰਬਰ ਜਦੋਂ ਸ਼ੋਅ ਆ ਰਿਹਾ ਹੋਵੇ ਨੰਬਰ ਸੇਵ ਕਰਕੇ ਸਾਨੂੰ ਬਾਅਦ 'ਚ ਕਾਲ ਕਰਦੇ ਹੋ ਅਤੇ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਸਕਦੇ ਹੈਗੇ ਹਾਂ। ਅੱਛਾ ਨੀਰਜ ਜੀ, ਇਹ ਤਾਂ ਗੱਲ ਹੋਈ ਚੈੱਕ ਰਿਪਬਲਿਕ ਦੀ ਸਟੂਡੈਂਟ ਵੀਜ਼ਾ ਦੀ, ਅਗਰ ਬੱਚਿਆਂ ਨੇ ਟੂਰਿਸਟ ਵੀਜ਼ਾ ਲੈਣਾ ਹੈ ਚੈੱਕ ਰਿਪਬਲਿਕ ਦਾ ਜਾਂ ਕਿਸੇ ਹੋਰ ਕੰਟਰੀ ਦਾ, ਉਹ ਵੀ ਮਿਲ ਜਾਂਦਾ ਅਤੇ ਤੁਸੀਂ ਮਦਦ ਕਰਦੇ ਹੋ ਉਹਦੇ ਵਿੱਚ ਵੀ? ਹਾਂਜੀ, ਮੈਂ ਪਹਿਲੇ ਸ਼ੋਅ ਕੀਤਾ ਵੀ ਸੀਗਾ। ਜੇ ਸਾਡੇ ਦਰਸ਼ਕ ਦੇਖ ਰਹੇ ਹੋਣਗੇ, ਕਈ ਕਹਿੰਦੇ ਆ ਜੀ ਮੈਂ ਪੜ੍ਹਨਾ ਹੈ ਨਹੀਂ ਗਾ, ਮੇਰਾ ਗੈਪ ਜ਼ਿਆਦਾ ਹੋ ਗਿਆ। ਵੈਸੇ ਅਸੀਂ 4-5 ਸਾਲ ਦਾ ਗੈਪ ਹੀ ਲੈ ਰਹੇ ਹਾਂ ਸ਼ੈਨਿੰਗਨ ਕੰਟਰੀ ਜਿਹੜੀ ਮੈਂ ਚੈੱਕ ਰਿਪਬਲਿਕ ਦੱਸੀ ਹੈ। ਉਸ ਤੋਂ ਬਾਅਦ ਜਿਹੜੇ ਸਾਡੇ ਦਰਸ਼ਕ ਚੈੱਕ ਰਿਪਬਲਿਕ ਦੀ ਬਜਾਏ ਜਰਮਨੀ, ਇਟਲੀ, ਹੰਗਰੀ, ਸਪੇਨ ਟੂਰਿਸਟ ਵੀਜ਼ਾ 'ਤੇ ਜਾਂ ਬਿਜ਼ਨਸ ਵੀਜ਼ਾ 'ਤੇ ਜਾਣਾ ਚਾਹੁੰਦੇ ਨੇ, ਸਾਡੇ ਕੁਝ ਵੀਜ਼ਾ ਆਏ ਨੇ, ਤੁਸੀਂ ਆ ਕੇ ਵੀ ਦੇਖ ਸਕਦੇ ਹੈਗੇ ਹੋ, ਕੁਛ ਅਸੀਂ ਟੀ ਵੀ 'ਤੇ ਵੀ ਤੁਹਾਨੂੰ ਦਿਖਾਵਾਂਗੇ। ਜੇ ਇਹ ਚੀਜ਼ਾਂ ਵਾਸਤੇ ਵੀ ਜਾਣਾ ਤਾਂ ਪਹਿਲੇ ਤੁਹਾਡੀ ਉਮਰ 25-26 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਸ਼ੈਨਿੰਗਨ ਦਾ ਟੂਰਿਸਟ ਜਾਂ ਬਿਜ਼ਨਸ ਵੀਜ਼ਾ ਚਾਹੀਦਾ। ਸ਼ੈਨਿੰਗਨ ਦੇ ਵਿੱਚ 26 ਕੰਟਰੀਆਂ ਆਉਂਦੀਆਂ ਨੇ, ਸਾਰੀਆਂ ਜਰਮਨੀ, ਇਟਲੀ, ਸਪੇਨ, ਪੋਲੈਂਡ, ਹੋਲੈਂਡ, ਇਹ ਸਾਰੀਆਂ ਆਉਂਦੀਆਂ ਨੇ। ਬਟ ਇੱਕੋ ਚੀਜ਼ ਹੈ, ਪਹਿਲੇ ਤੁਹਾਡੀ ਰਿਜੈਕਸ਼ਨ ਤਾਂ ਨਹੀਂ। ਜੇ ਤੁਸੀਂ ਕਰਦੇ ਹੋ ਤਾਂ ਕੀ ਕਰਦੇ ਹੋ, ਉਹਦਾ ਇਨਕਮ ਪਰੂਫ ਚਾਹੀਦਾ, ਪਾਸਪੋਰਟ ਚਾਹੀਦਾ, ਬੈਂਕ ਸਟੇਟਮੈਂਟ ਚਾਹੀਦੀਆਂ, ਇਹ ਸਾਰੀਆਂ ਚੀਜ਼ਾਂ ਲੈ ਕੇ ਜੇ ਤੁਸੀਂ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਜਾਂ ਬਿਜ਼ਨਸ ਵੀਜ਼ਾ 'ਤੇ ਜਾਣਾ ਸ਼ੈਨਿੰਗਨ ਦੇ ਵਿੱਚ, ਤਾਂ ਤੁਸੀਂ ਮੈਨੂੰ ਇੱਕ ਵਾਰ ਜ਼ਰੂਰ ਆ ਕੇ ਮਿਲੋ। ਮੇਰੀ ਗਰੰਟੀ ਹੈਗੀ ਹੈ ਇੱਕ ਚੀਜ਼ ਦੀ, ਜਦੋਂ ਮੈਂ ਕਾਉਂਸਲਿੰਗ ਕਰਦਾ ਹੈਗਾ ਤਾਂ ਮੈਨੂੰ ਇਹ ਦਿਖ ਰਿਹਾ ਹੁੰਦਾ ਵੀ ਮੈਂ ਉੱਧਰ ਬੈਠਾ ਹੈਗਾ, ਉਹ ਇੱਧਰ ਬੈਠੇ ਹੈਗੇ ਆ। ਕਹਿਣ ਦਾ ਮਤਲਬ ਇਹੀ ਹੈ ਵੀ ਅਸੀਂ ਉਹ ਦੱਸਣਾ ਵੀ ਵੀਜ਼ਾ ਮਿਲੂਗਾ ਤਾਂ ਫਾਈਲ ਲੈਣੀ ਹੈ, ਜੇ ਵੀਜ਼ਾ ਨਹੀਂ ਮਿਲੂਗਾ ਤਾਂ ਅਸੀਂ ਸਪਸ਼ਟ ਕਹਿ ਦੇਣਾ ਵੀ ਤੁਹਾਡੀ ਫਾਈਲ ਨਹੀਂ ਹੋ ਸਕਦੀ। ਬਟ ਕਈ ਕਸਟਮਰ ਸਾਨੂੰ ਕਹਿੰਦੇ ਆ ਵੀ ਨਹੀਂ ਜੀ ਚਾਂਸ ਲੈ ਲਓ, ਬਟ ਕਈਆਂ ਨੇ ਚਾਂਸ ਲਿਆ, ਕਈਆਂ ਦੇ ਆਏ ਆ, ਕਈਆਂ ਦੇ ਨਹੀਂ ਵੀ ਆਉਂਦੇ। ਇਸ ਕਰਕੇ ਜੇ ਤੁਸੀਂ ਟਰਾਈ ਨਹੀਂ ਕਰੋਗੇ, ਜੇ ਤੁਸੀਂ ਇੱਕ ਲਾਟਰੀ ਨਹੀਂ ਪਾਓਗੇ ਤਾਂ ਉਹ ਨਿਕਲੇਗੀ ਕਿਵੇਂ? ਇਹ ਮੈਂ ਇਸ ਕਰਕੇ ਦੱਸ ਰਿਹਾ ਹੈਗਾ, ਜਿਹੜੇ ਬੰਦਿਆਂ ਦੇ ਰਿਜੈਕਸ਼ਨਾਂ ਹੋ ਚੁੱਕੀਆਂ ਨੇ ਕਿਸੇ ਕੰਟਰੀ ਤੋਂ ਵੀ ਹੋ ਚੁੱਕੀਆਂ ਨੇ, USA ਵੀ ਜਾਣਾ ਚਾਹੁੰਦੇ ਨੇ ਟੂਰਿਸਟ ਵੀਜ਼ਾ 'ਤੇ ਜਾਂ ਸ਼ੈਨਿੰਗਨ ਕੰਟਰੀ ਜਾਣਾ ਚਾਹੁੰਦੇ ਨੇ, ਇੱਕ ਵਾਰ ਮੈਨੂੰ ਜ਼ਰੂਰ ਆ ਕੇ ਮਿਲੋ। ਜੇ ਤੁਸੀਂ ਨਹੀਂ ਜਾਣਾ ਚਾਹੁੰਦੇ, ਤੁਹਾਡੇ ਯਾਰ ਦੋਸਤ, ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਕੋਈ ਪੜੋਸੀ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਸਾਡਾ ਨੰਬਰ ਜ਼ਰੂਰ ਰਿਕਮੈਂਡ ਕਰਨਾ। ਤੁਹਾਨੂੰ ਸ਼ਰਤੀ ਆ, ਉਹ ਕਹਿਣਗੇ ਵੀ ਤੂੰ ਬਹੁਤ ਅੱਛੇ ਕੰਸਲਟੈਂਟ ਦਾ ਨੰਬਰ ਦਿੱਤਾ ਸੀਗਾ। ਸਾਡੀ ਕੌਂਸਲਿੰਗ ਫ੍ਰੀ ਹੈ, ਕੌਂਸਲਿੰਗ ਲੈਣ ਤੋਂ ਬਾਅਦ ਨੇੜੇ ਤੇੜੇ 2-3 ਕੰਸਲਟੈਂਟ ਫਿਰੇ ਫਿਰ ਸਾਡੇ ਕੋਲ ਆਉਂਦਾ ਔਰ ਵੀਜ਼ਾ ਅਪਲਾਈ ਕਰਦਾ, ਗਰੰਟੀ ਹੈ ਰਿਜ਼ਲਟ ਅੱਛਾ ਹੋਊਗਾ। ਥੈਂਕ ਯੂ ਸੋ ਮਚ ਨੀਰਜ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮੁਲਾਕਾਤ ਕਰਕੇ, ਥੈਂਕ ਯੂ ਸੋ ਮਚ। ਸੋ ਦੋਸਤੋ, ਐਸੀ ਮੁਲਾਕਾਤ ਨੀਰਜ ਵਡੇਰਾ ਜੀ ਦੇ ਨਾਲ ਫਰੋਮ ਕਰੀਅਰ ਓਵਰਸੀਜ਼ ਸੈਕਟਰ 17 ਚੰਡੀਗੜ੍ਹ। ਜੇ ਅਗਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਨੀਚੇ ਫਲੈਸ਼ ਕੀਤੇ ਹੋਏ ਨੰਬਰ 'ਤੇ ਕਾਲ ਕਰ ਸਕਦੇ ਹੋ, ਨੀਰਜ ਜੀ ਦੇ ਆਫਿਸ ਵਿੱਚ ਆ ਕੇ ਉਹਨਾਂ ਨੂੰ ਮਿਲ ਸਕਦੇ ਹੋ, ਉਹਨਾਂ ਦੇ ਸਟਾਫ ਨੂੰ ਮਿਲ ਸਕਦੇ ਹੋ। ਇਹਦੇ ਨਾਲ ਹੀ ਅਗਰ ਕੋਈ ਡਾਕੂਮੈਂਟਸ ਭੇਜਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਨੀਚੇ ਫਲੈਸ਼ ਕੀਤੇ ਹੋਏ ਈਮੇਲ ਆਈਡੀ 'ਤੇ ਭੇਜ ਸਕਦੇ ਹੋ। ਅਗਲੀ ਵਾਰ ਇੱਕ ਹੋਰ ਐਕਸਪਰਟ ਦੇ ਨਾਲ ਮੈਂ ਜੱਸੀ ਤੁਹਾਡੀ ਮੁਲਾਕਾਤ ਕਰਾਵਾਂਗੀ। ਤਦ ਤੱਕ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। Thank you.